مسے سخی مسے مورو پروار سخی مسے سخی مسے سخی مسے مورو सुखी बसे मोरो परवार सुखी बसे बोलो जी सुखी बसे मोरो परवार सुखी बसे बल्ले ਅੱਗੇ ਬੇਨਤੀ ਕਰ ਰਹੇ ਹੋ ਕਿਹਦੇ ਅੱਗੇ ਕਲਗੀਆਂ ਵਾਲੇ ਬੇਨਤੀ ਕੀ ਹੈ ਸੁਖੀ ਬਸੇ ਸੁਖੀ ਬਸੇ ਮੋਰੋ ਪਰਵਾਰ ਪਾਤਸ਼ਾਹੀ ਦਸਵੀ ਕਵਿਓ ਅੱਜ ਬੇਨਤੀ ਚੌਪਈ ਪੂਰੀ ਕਰੋ ਵਾਦੇ ਰੱਛਾ ਪੂਰਨ ਹੋਏ ਚੁੱਕੀ ਇੱਛਾ ਤੁਲਟ ਸਦੇ ਤੂੰ ਕਹੋ ਆਪ ਆਦੇ ਮੋਏ ਬਚਾਵੇ ਮੋਰ ਅੱਛਾ ਨਿਜ ਕਰਦੇ ਕਰੀਏ ਸਾਧਾਰਨ ਕੋ ਆਇ ਸੁਧਰੀਏ ਉਵੇਂ ਛੱਡ ਕੋਈ ਅਵਰ ਨਾ ਧਿਆਉ ਜੋ ਵਰ ਜਾਉ ਸੁਤਮ ਤੇ ਪਾਵੇ ਮੁਝੇ ਉਭਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਰੱਖ ਲੇ ਗੋ ਮੈਂ ਰੱਖਣ ਹਾਰੇ ਸਹਿਬ ਸੰਤ ਸੁਣੇ ਪਿਆਰੇ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਰਜ ਬਪਤਰਾ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੋ ਜਮਨ ਕਾਲ ਸਭ ਜਗਤ ਬਣਾਇਓ ਦੈਵ ਦੈਤ ਜਠਨ ਪੁਜਾਇਓ ਨਮਸਕਾਰ ਤਿਸਹੀ ਕੁਮਾਰੀ ਸਕਲ ਪ੍ਰਜਾ ਜਿਣਿਆ ਪੁਸਵਾਰੀ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਹੀ ਜਬ ਤਰਕ ਕਰਾ ਕਰ ਤਾਰਾ ਪ੍ਰਜਾ ਕਰ ਦਲ ਦੇ ਪਰ ਵਦਨ ਸਿਰ ਸਭ
निरंकार निर्विकार निर्लंब आदनीय अनाद स्वंभ अनुमानत महामूड कच्चेद न जानत आप अपनी बुद गजेती परनत पेन पेन पेती एक रूप अनूप स्वरूप रंग भयो रंग भूप राजा है बैठा कहूं सिमट भयो शंकर कैठा अब रक्षा अब रक्षा अब रक्षा अब रक्षा अब रक्षा रक्षा मेरी तुम करो अब रक्षा मेरी तुम करो सिख उबार सिख संघर उठ जिते उठ वे उठ पाता सरनी परे तनके पट दुख दुख भरे जो कल को एक बार है ताके काल निकटने कृपा से तन जाए निगरे ताके पाप तनक मैं करे जिन तुम्हें सुबार काल पांते पाए उबार खड़क के तुम्हें सरम ते गारी आप गाते ले उबारी कृपा करी गंबर जग माता ग्रंथ करा पूरन सुब्रता जब दयाला पूरण करा ग्रंथ कला है अड़े सुने गंग जो आए सरस न पावई सुने मूड जित लाए चितरता आवही दुख दर्द भवन घटन नर के रगे की एक बार चौबई को कहे दुख दर्द भव कटन तंदर कर गे हो की एक बार चौबई को कहे सुखी बसे
ਜਿਹੜਾ ਸਬਜੈਕਟ ਚੱਲ ਰਿਹਾ ਛੋਟੀ ਉਮਰੇ ਪੁੱਗੀਆਂ ਰੂਹਾਂ, ਅੱਜ ਛੇਵਾਂ ਭਾਗ ਹੈ। ਥੋੜ੍ਹਾ 15-20 ਮਿੰਟ ਸਹਿਯੋਗ ਦੇਣਾ। ਬੜੀ ਵੱਡੀ ਰੂਹ ਦਾ ਜ਼ਿਕਰ ਚੱਲ ਰਿਹਾ ਬਾਬਾ ਜੀ ਜੀ ਆਖੋ ਸਾਹਿਬ ਚਾਰਾਂ ਸਾਹਿਬਜ਼ਾਦਿਆਂ ਚ। ਆਓ ਪਹਿਲੇ ਸ਼ਬਦ ਦੀ ਹਾਜ਼ਰੀ ਲਾਇਓ। ਰਾਮ ਜਪੋ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ, ਪ੍ਰਹਲਾਦ ਜਪਿਓ ਰਾਮ ਜੈਸੇ, ਗੁਰੂ ਪ੍ਰਹਲਾਦ ਜਪਿਓ ਹਰ ਜੈਸੇ, ਰਾਮ ਜਪੋ, ਰਾਮ ਜਪੋ ਜੀ ਐਸੇ। ਮੇਰਾ ਪਿਓ ਬੜਾ ਅਮੀਰ ਹੈ ਆਖੋ ਸਾਹਿਬ, ਪਿਓ ਦਾ ਮਾਣ ਵੱਡਾ। ਪਿਓ ਉਸ ਵੱਡੇ ਪਿਓ ਦੀ ਦਰਗਾਹੀ ਦਰਗਾਹੀ ਅਮੀਰੀ ਤੇ ਮਾਣ ਕਰਕੇ ਭਿੱਜ ਕੇ ਆਖੋ ਸਾਹਿਬ। ਦਰਗਾਹੀ ਅਮੀਰੀ ਗੁਰੂ ਗੋਬਿੰਦ ਸਿੰਘ ਵਰਗਾ ਪਿਓ, ਇਹ ਦਰਗਾਹੀ ਅਮੀਰੀ ਹੈ।
ਚਾਰ ਸਾਹਿਬਜ਼ਾਦਿਆਂ ਵਰਗੀਆਂ ਸਾਨੂੰ ਅਸੀਸਾਂ। ਇਹ ਦਰਗਾਹੀ ਅਮੀਰੀ ਹੈ, ਮਾਤਾ ਗੁਜਰ ਕੌਰ ਵਰਗੀਆਂ ਮਾਤਾਵਾਂ ਦੇ ਪਿਆਰ, ਇਹ ਦਰਗਾਹੀ ਅਮੀਰੀ ਹੈ। ਪੰਜਾਂ ਪਿਆਰਿਆਂ ਵਰਗੀਆਂ ਬਖਸ਼ਿਸ਼ ਭਰੀਆਂ ਰੂਹਾਂ, ਗੁਰੂ ਗੋਬਿੰਦ ਸਿੰਘ ਵੱਲ ਤੁਰ ਕੇ ਵੇਖ, ਤੁਰ ਕੇ ਵੇਖ, ਇਹ ਰੂਹਾਂ ਤੇਰੇ ਪਰਿਵਾਰ ਦੀਆਂ ਮੈਂਬਰ ਬਣ ਜਾਣਗੀਆਂ, ਤੇਰੇ ਅੰਗ ਸੰਗ ਰਹਿਣਗੇ। ਮੈਂ ਨਾ ਲਵਾਂ ਤੇ ਰੌਂਗਟੇ ਖੜੇ ਹੋ ਜਾਂਦੇ ਆ, ਅਮੀਰੀ ਵੇਖ ਕੇ ਸਾਡੀ ਅਮੀਰੀ ਹੈ ਬਾਜਾਂ ਵਾਲੇ ਦੇ ਇਹੋ ਜਿਹੇ ਗੁਰਸਿੱਖ ਬਾਬਾ ਦੀਪ ਸਿੰਘ ਵਾਲੇ, ਅਮੀਰੀ ਸਾਡੀ ਦਰਗਾਹੀ। ਹਾਂ, ਦਰਗਾਹੀ ਅਮੀਰੀ। ਇਹਨੂੰ ਪਛਾਣੋਗੇ ਤੇ ਇੱਕ ਦਿਨ ਅੰਦਰੋਂ ਨਿਕਲੇਗਾ, ਮੈਂ ਭਿਖਿਓਰੀ ਉੱਚਾ ਮੌਨ ਸਭ ਤੋਂ ਉੱਚਾ। ਇਸ ਦਰਗਾਹੀ ਅਮੀਰੀ ਨੂੰ ਪਛਾਣਾਂਗੇ ਤੇ ਅੰਦਰੋਂ ਨਿਕਲੇਗਾ ਫਿਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਇਹ ਸਬਜੈਕਟ ਚੱਲ ਰਿਹਾ ਛੋਟੀ ਉਮਰੇ ਪੁੱਗੀਆਂ ਰੂਹ, ਅੱਜ ਛੇਵਾਂ ਭਾਗ ਹੈ। ਜਿਨ੍ਹਾਂ ਦਾ ਨਾਮ ਹੀ ਰਸਨਾ ਤੇ ਸਤਿਕਾਰ ਨਾਲ ਲਿਆਇਆ ਕਰੋ, ਉਹਨਾਂ ਦਾ ਜੀਵਨ ਦਾ ਪ੍ਰਕਰਨ ਚੱਲ ਰਿਹਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਪਾਉਂਟਾ ਸਾਹਿਬ ਆਗਮਨ ਹੋਇਆ। ਕਿੱਡੀਆਂ ਵੱਡੀਆਂ ਸਬਜੈਕਟ ਤੇ ਚੱਲ ਰਿਹਾ ਛੋਟੀ ਉਮਰੇ ਪੁੱਗੀਆਂ ਰੂਹਾਂ, ਪਰ ਕਿੱਡੀਆਂ ਵੱਡੀਆਂ ਸਿੱਖਿਆ ਮਿਲ ਜਾਂਦੀਆਂ। ਹੋਵੇ ਬਾਜਾਂ ਲਾ ਤੇ ਕਹਿੰਦੇ ਵੀ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿੱਚ ਤਿੰਨ ਤਰ੍ਹਾਂ ਦੇ ਦਾਨ ਕਰੋ, ਆਖੋ ਸਤਨਾਮ, ਤਿੰਨ ਤਰ੍ਹਾਂ ਦੀ ਹਾਜ਼ਰੀ ਲਾਓ ਜਿੱਥੇ ਆਪਾਂ ਛੱਡਿਆ ਸੀ। ਲੋੜਵੰਦਾਂ ਨੂੰ ਵੀ ਦਿਓ ਤੇ ਮਹਾਰਾਜ ਕਹਿੰਦੇ ਗੁਣੀ ਬੰਦਿਆਂ ਕੋਲ ਵੀ ਹਾਜ਼ਰੀ ਲਾਓ। ਲੋੜਵੰਦ ਨੂੰ ਦਿਓਗੇ ਉਹ ਸੀਸ ਦਏਗਾ, ਤੇ ਗੁਣੀ ਬੰਦੇ ਕੋਲ ਹਾਜ਼ਰੀ ਲਾਓਗੇ, ਗੁਣੀ ਬੰਦੇ ਕੋਲ ਹਾਜ਼ਰੀ ਲਾਓਗੇ, ਲੋੜਵੰਦ ਉਹ ਕਹੇਗਾ ਮੇਰੀ ਹੈਲਪ ਕੀਤੀ ਹੈ। ਗੁਣੀ ਬੰਦੇ ਕੋਲ ਹਾਜ਼ਰੀ ਲਾਓਗੇ ਤੇ ਉਹਦੀ ਨਜ਼ਰ ਦੀ ਹੈਲਪ ਤੁਹਾਡੇ ਕੋਲ ਆ ਜਾਏ। ਤੇ ਤੀਜਾ ਮਹਾਰਾਜ ਨੇ ਫਿਰ ਕੜੇ ਕੰਠੇ ਦੁਸ਼ਾਲੇ ਰੁਪਏ ਤਵਾਰੀ ਖਾਲਸਾ। ਆ ਤੀਜੀ ਤਰ੍ਹਾਂ ਦਾ ਆ ਵੀ ਇਹ ਵੀ ਵੰਡੋ ਭਾਈ। ਮੇਰੇ ਸਾਈਡ ਵਾਜੇ ਤੇ ਬੈਠੇ ਗੁਰਦੀਪ ਸਿੰਘ ਹੋਣੀ, ਮਹੀਨਾ ਦੋ ਮਹੀਨੇ ਪਹਿਲੇ ਮੈਨੂੰ ਕਹਿੰਦੇ ਵੀ 200 ਪੈਨ ਡਰਾਈਵ ਭੇਜਣੀ ਅਮਰੀਕਾ ਆ ਕੀਰਤਨ ਦੀ। ਮੈਂ ਕੀ ਗੱਲ ਕਿਨੂੰ ਫਲਾਣੇ ਨੂੰ, ਮੈਂ ਕਿਹਾ ਉਹਨਾਂ ਸਟਾਲ ਲਾਣਾ ਅਮਰੀਕਾ 'ਚ, ਉੱਥੇ ਸਟਾਲ ਲੱਗਦੇ ਆ, ਇਹ ਚੀਜ਼ਾਂ ਵੇਖ ਵੇਖ ਸਿਰ ਝੁਕਦਾ। ਆਪਾਂ ਤੁਸੀਂ ਤੇ ਚਲੋ ਜਿੰਨੀ ਕੁ ਮਾਇਆ, ਤੇ ਹੁਣ ਅਮਰੀਕਾ 'ਚ ਰਹਿਣ ਵਾਲਾ ਕੋਈ ਹੋਵੇ ਬੀਬੀ ਵੀਰ ਕਰੋੜਾਂ ਪਤੀ ਹੋਵੇ ਪਰ ਗੁਰਦੁਆਰੇ ਅੱਗੇ ਸਟਾਲ 'ਤੇ ਖੜਾ, ਕਿਤਾਬਾਂ ਰੱਖ ਕੇ ਸਟਾਲ 'ਤੇ, ਪੈਨ ਡਰਾਈਵ ਸੀਡੀਆਂ ਆ ਤੁਹਾਡੇ ਇਸ ਬੂਟੇ ਦੀਆਂ, ਅਤੇ ਹੋਵੇ ਕਰੋੜਾਂ ਪਤੀ ਉੱਥੇ ਡਿਊਟੀ ਦੇ ਰਿਹਾ ਬਈ
ਕੋਈ ਮਾਇਆ ਦੇ ਗਿਆ ਤਾਂ ਵੀ ਠੀਕ, ਨਹੀਂ ਦੇ ਗਿਆ ਬਸ ਗੋਰਖ ਲੱਗੀ ਕੋਈ ਪਾਣਾ ਪਾ ਦਿਓ, ਫ੍ਰੀ ਲੈਣੀ ਫ੍ਰੀ ਲੈ ਜਾਓ। ਮਨ ਚ ਇੰਨਾ ਹੀ ਹੈ, ਜਿਹੜਾ ਕੋਈ ਲੈ ਗਿਆ ਜੇ ਸੁਣ ਕੇ ਉਹਨੇ ਗੁਣ ਧਾਰਨ ਕਰ ਲਿਆ ਤੇ ਗੁਰੂ ਨਾਨਕ ਦੇ ਘਰ ਵਿੱਚ ਕਿਤੇ ਸਾਡੀ ਵੀ ਚਰਨਾਂ 'ਚ ਨਾਂ ਲਿਖਿਆ ਗਿਆ। ਐਡੇ ਮਨ ਮਰੇ ਪਏ, ਮਨ ਮਾਰਨਾ ਹੀ ਵੱਡੀ ਗੱਲ ਹੈ। ਮੈਂ ਉਹਨੂੰ ਪੁੱਛਿਆ 200 ਪੈਨ ਡਰਾਈਵ ਭੇਜਣੀ ਹੈ, ਕੋਰੀਅਰ ਕਰਾਉਣੀ, ਕਹਿੰਦੇ ਮੈਂ ਕਿਹਾ ਉੱਥੇ ਸਟਾਲ ਲਾਉਣਾ, ਕਹਿੰਦੇ ਨਹੀਂ ਫਲਾਣੀ ਬੀਬੀ ਏ ਉਹਦਾ ਜਨਮ ਦਿਨ ਹੈ, ਵਾਹਿਗੁਰੂ ਨੇ ਮਾਇਆ ਦਿੱਤੀ ਏ, ਘਰ ਖੰਡਪੜ ਸਾਹਿਬ ਦਾ ਭੋਗ ਪਾਉਣਾ, ਉਹਨੇ ਘੰਟਾ ਡੇਢ ਕੀਰਤਨ ਕਰਾਉਣਾ। ਮੈਂ ਨਾਂ ਨਹੀਂ ਬੋਲਦਾ, ਚਲੋ ਕਹਿੰਦੇ ਉਹ ਬੋਲ ਦੇਣਾ ਮਲਿੰਦਰ ਕੌਰ ਨਾਂ ਉਹਦਾ। ਕਹਿੰਦੇ ਘਰ ਸੰਗਤ ਬੁਲਾਉਣੀ ਹੈ ਅਤੇ 200 ਸਰੀਰ ਆਉਣਾ, ਅਤੇ ਉਹਨੂੰ ਮਨ 'ਚ ਆਇਆ ਵੀ ਮੈਂ ਜਨਮ ਦਿਨ ਇੰਝ ਮਨਾਉਣਾ ਵੀ ਕੇਕਾਂ 'ਤੇ ਹੋਰ ਪਾਰਟੀਆਂ 'ਤੇ ਪੈਸੇ ਨਹੀਂ ਲਾਉਣੇ, ਸੰਗਤ ਬੁਲਾ ਕੇ ਇੱਕ ਇੱਕ ਪੈਨ ਡਰਾਈਵ ਸਭ ਨੂੰ ਦੇਣੀ ਹੈ ਕਿ ਕੋਈ ਜੁੜ ਜਾਏ, ਕੋਈ ਸੁਣ ਲਵੇ ਅਤੇ ਕਿਤੇ ਮੇਰਾ ਵੀ ਜਨਮ ਦਿਨ ਗੁਰੂ ਨਾਨਕ ਦੇ ਚਰਨਾਂ 'ਚ ਹਾਜ਼ਰੀ ਲਾਵੇ। ਆ ਵੀ ਰੂਹਾਂ ਮਹਾਰਾਜ ਨੇ ਲੋੜਵੰਦਾਂ ਨੂੰ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਆਗਮਨ ਦੀ ਖੁਸ਼ੀ, ਗੁਣੀ ਬੰਦਿਆਂ ਕੋਲ ਵੀ ਹਾਜ਼ਰੀ, ਹੁਣ ਗੁਣੀ ਬੰਦਿਆਂ ਕੋਲ ਤਾਂ ਹਾਜ਼ਰੀ ਤੁਹਾਡੀ ਨਜ਼ਰ ਰਵੇ, ਲੋੜਵੰਦ ਚਲੋ ਵੀ ਮੈਂ ਹੈਲਪ ਕੀਤੀ, ਗੁਣੀ ਨੂੰ ਹਾਜ਼ਰੀ ਲਾਈ, ਮੈਨੂੰ ਤੇਰੀ ਹੈਲਪ ਦੀ ਨਜ਼ਰ ਰਵੇ। ਤੇ ਤੀਜੀ ਚੀਜ਼ ਕੜੇ ਕੰਠੇ, ਕੰਠੇਦਾਰ ਸੰਭਾਲਾ ਦੁਸ਼ਾਲੇ ਰੁਪਈਏ। ਇਹ ਮਹਾਰਾਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਆਗਮਨ ਵੇਲੇ ਵੀ ਇੱਕ ਸਾਨੂੰ ਨਿਕਾ ਜਿਹਾ ਮੈਸੇਜ ਦੇ ਗਏ ਕਿ ਉਹ ਚੀਜ਼ਾਂ ਧਰਤੀ 'ਤੇ ਜਿਹਨਾਂ ਨੂੰ ਪੜ੍ਹ ਕੇ ਫੇਰ ਕੇ ਮਾਲਾ ਕੋਈ ਹੋਰ ਸੁਣ ਕੇ ਜੁੜੇ, ਇਹ ਵੀ ਆਪਣੀਆਂ ਐਨਵਰਸਰੀਆਂ ਅਤੇ ਜਨਮ ਦਿਨਾਂ 'ਤੇ ਹਾਜ਼ਰੀ ਪਹੁੰਚਦੀ। ਆਖੋ ਸਤਿਨਾਮ ਸਾਹਿਬਜ਼ਾਦਾ ਅਜੀਤ ਸਿੰਘ ਜੀ, ਬਚਪਨ ਤੋਂ ਹੀ ਗੁਰਬਾਣੀ ਵੱਲ ਧਿਆਨ, ਤਲਵਾਰਬਾਜ਼ੀ, ਤੀਰ ਅੰਦਾਜ਼ੀ, ਘੋੜ ਸਵਾਰੀ ਇਹ ਸਭ ਸਿੱਖੀ। ਜਦੋਂ ਉਹਨਾਂ ਦਾ ਆਗਮਨ ਹੋਇਆ ਮੇਦਨੀ ਪ੍ਰਕਾਸ਼ ਰਾਜਾ ਗੁਰੂ ਗੋਬਿੰਦ ਸਿੰਘ ਜੀ ਨੂੰ ਵਧਾਈਆਂ ਦੇ ਰਹੇ, ਫਤਿਹ ਸ਼ਾਹ ਰਾਜਾ ਵਧਾਈਆਂ ਦੇ ਰਹੇ, ਪੀਰ ਬੁੱਧੂ ਸ਼ਾਹ ਵਧਾਈਆਂ ਦੇ ਰਿਹਾ, ਇੱਕ ਉੱਥੇ ਬੀਬੀ ਪੰਜਾਬ ਕੌਰ ਹੋਈ ਜੀ ਉਹ ਵੀ ਵਧਾਈਆਂ ਦੇ ਰਹੀ ਹੈ, ਸਾਡੇ ਬਾਬਾ ਅਜੀਤ ਸਿੰਘ ਉਹਨਾਂ ਦੇ ਆਗਮਨ ਦੀ ਖੁਸ਼ੀ। ਹੁਣ 10 ਮਿੰਟ ਟਿਕਾਓ ਦੇਣਾ, ਪਾਉਂਟਾ ਸਾਹਿਬ ਤੋਂ ਕੁਝ ਮਹੀਨੇ ਸਮਝ ਲਓ, ਕੁਝ ਮਹੀਨਿਆਂ ਬਾਅਦ ਮਹਾਰਾਜ ਅਨੰਦਪੁਰ ਸਾਹਿਬ ਆ ਗਏ, ਅਤੇ ਹੁਣ ਜਿਹੜਾ ਇੱਕ ਸੀਨ ਹੈ ਨਾ, ਅੱਜ ਆਪਾਂ ਦਰਸ਼ਨ ਕਰਨੇ ਅਤੇ ਮਨ ਤੰਗ ਰਹਿ ਜਾਂਦਾ, ਐਡੀ ਵੱਡੀ ਸਿੱਖੀ। ਉਹ ਕਿਰਪਾ ਕਰਿਓ ਸਿਰਫ 8-10 ਮਿੰਟ ਟਿਕਾਓ ਦੇਣਾ, ਇੱਕ ਵਾਰੀ ਕਹਿ ਦਿਓ ਪਿਆਰ ਨਾਲ ਜੀ, ਰਾਮ ਜਪੋ, ਰਾਮ ਜਪੋ ਜੀ ਜੈ ਸ੍ਰੀ ਰਾਮ ਜਪੋ, ਹਰੇ ਰਾਮ ਜਪੋ, ਰਾਮ ਜਪੋ ਜੀ ਐਸੇ ਐਸੇ ਰਾਮ ਜਪੋ। ਵਾਹਿਗੁਰੂ, ਵਾਹਿਗੁਰੂ।
ਜੀ ਹੈ।